ਬੈਕ ਟੂ ਬੈਕ ਨਿਊ ਪ੍ਰੋਡਕਟ ਡਿਜ਼ਾਇਨ ਕਰਨਾ, ਨਿਊਟ੍ਰੀਸ਼ਨ ਕੰਪੋਜੀਸ਼ਨ ਡਿਜ਼ਾਇਨ ਕਰਨਾ, ਇਹ ਕਾਫੀ ਡਿਫੀਕਲਟ ਟਾਸਕ ਹੈਗਾ। ਐਸੇ ਪ੍ਰੋਡਕਟ ਡਿਜ਼ਾਇਨ ਕਰਨੇ ਜਿਨ੍ਹਾਂ ਦਾ ਐਕਚੁਅਲੀ ਆਪਣੀ ਬਾਡੀ ਨੂੰ ਫਾਇਦਾ ਹੋਵੇ, ਐਕਚੁਅਲੀ ਬਾਡੀ ਨੂੰ ਸਹੀ ਤਰੀਕੇ ਨਾਲ ਉਹ ਹਜ਼ਮ ਹੋ ਸਕਣ, ਬਾਡੀ ਨੂੰ ਫਾਇਦਾ ਦੇ ਸਕਣ। ਸਭ ਤੋਂ ਔਖਾ ਹੈਗਾ ਕਿ ਰੋ ਮਟੀਰੀਅਲ ਤੇ ਨਿਗਾਹ ਰੱਖਣਾ, ਰੋ ਮਟੀਰੀਅਲ ਸਹੀ ਆ ਰਿਹਾ, ਸਹੀ ਤਰੀਕੇ ਨਾਲ ਯੂਜ ਹੋ ਰਿਹਾ, ਸਹੀ ਪ੍ਰੋਡਕਟ ਲੋਕਾਂ ਤੱਕ ਪਹੁੰਚ ਰਿਹਾ। ਸੋ ਇਹ ਪੁਆਇੰਟ ਤੇ ਮੈਨੂੰ ਲੱਗਦਾ ਕਿ ਇੰਨੇ ਯੂਜ਼ਰ ਸਾਡੇ ਨਾਲ ਜੁੜੇ ਹੋਏ ਨੇ, ਸਾਡੇ ਲਈ ਮਾਣ ਵਾਲੀ ਗੱਲ ਹੈ, ਸਾਡੇ ਲਈ ਪ੍ਰਾਊਡ ਵਾਲੀ ਗੱਲ ਹੈ। ਤੇ ਮੈਨੂੰ ਲੱਗਦਾ ਪੰਜਾਬ ਦੇ ਲੋਕਾਂ ਨੂੰ ਵੀ ਆਪਣੇ ਪੰਜਾਬ ਦੇ ਪ੍ਰੋਡਕਟ ਦੇ ਉੱਤੇ ਮਾਣ ਹੋਣਾ ਚਾਹੀਦਾ। ਆਪਾਂ ਕਹਿੰਦੇ ਹਾਂ ਬਾਹਰੋਂ ਲੈ ਕੇ ਖਾਈਏ, ਉੱਥੋਂ ਲੈ ਕੇ ਆਈਏ, ਕਿਉਂ ਖਾਈਏ? ਕਿਉਂਕਿ ਤੁਹਾਨੂੰ ਲੱਗਦਾ ਕਿ ਉਹਦੇ ਵਿੱਚ ਬੜਾ ਸਹੀ ਤਰੀਕੇ ਨਾਲ ਪ੍ਰੋਟੀਨ ਪਾਇਆ ਹੋਊਗਾ, ਉਹਨਾਂ ਦੀ ਟੈਕਨੀਕ ਬੜੀ ਸਹੀ ਹੋਊਗੀ, ਉੱਥੇ ਕੋਈ ਬੇਈਮਾਨੀ ਨਹੀਂ ਹੋਊਗੀ। ਸੋ ਉਹੀ ਅਸੀਂ ਵੀ ਪੰਜਾਬ ਦੇ ਪ੍ਰੋਟੀਨ ਦੇ ਵਿੱਚ ਇਹ ਕੀਤਾ ਹੈਗਾ। ਅਸੀਂ ਪੰਜਾਬ ਤੋਂ ਸ਼ੁਰੂ ਕਰਕੇ ਅੱਜ ਸਾਡੇ ਮੈਨੂੰ ਲੱਗਦਾ ਸਾਰੇ ਇੰਡੀਆ ਦੇ ਵਿੱਚ 200 ਤੋਂ ਵੱਧ ਡਿਸਟ੍ਰੀਬਿਊਟਰ ਨੇ, ਤੇ 200,000 ਤੋਂ ਜ਼ਿਆਦਾ ਸਾਡੇ ਨਾਲ ਲੋਕ ਜੁੜੇ ਹੋਏ ਨੇ ਜਿਹੜੇ ਸਾਡੇ ਬ੍ਰਾਂਡ ਨੂੰ ਯੂਜ਼ ਕਰਦੇ ਨੇ, ਸਾਡੇ ਬ੍ਰਾਂਡ ਬਾਰੇ ਕਮੈਂਟ ਵੀ ਕਰਦੇ ਨੇ ਜਾਂ ਬ੍ਰਾਂਡ ਦੀ ਸਿਫਤ ਵੀ ਕਰਦੇ ਨੇ।